ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਤੁਹਾਡਾ? ਆਸ ਕਰਦੀ ਹਾਂ ਠੀਕ ਹੋਵੋਗੇ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੋਨਾ ਢਿੱਲੋਂ ਕੁਕਿੰਗ ਵਲੋਗਸ ਵਿੱਚ। ਅੱਜ ਆਪਾਂ ਆਪਣੇ ਕਿਚਨ ਦੇ ਵਿੱਚ ਬਣਾਵਾਂਗੇ ਬੱਚਿਆਂ ਲਈ ਸਪੈਸ਼ਲ ਆਲੂ ਸਨੈਕਸ, ਜਿਹੜੇ ਕਿ ਬਹੁਤ ਆਸਾਨੀ ਨਾਲ ਤਿਆਰ ਹੋ ਜਾਂਦੇ ਅਤੇ ਬੱਚਿਆਂ ਨੂੰ ਪਸੰਦ ਵੀ ਬਹੁਤ ਆਉਣਗੇ। ਤੁਹਾਨੂੰ ਪਤਾ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਆ, ਵਾਰ ਵਾਰ ਉਹਨਾਂ ਨੂੰ ਭੁੱਖ ਲੱਗਦੀ ਆ, ਤਾਂ ਉਹਨਾਂ ਨੂੰ ਆਪਾਂ 5 ਮਿੰਟਾਂ 'ਚ ਬਣਾ ਕੇ ਦੇ ਸਕਦੇ ਹਾਂ ਅਤੇ ਬੱਚਿਆਂ ਨੂੰ ਪਸੰਦ ਵੀ ਬਹੁਤ ਆਉਣਗੇ ਅਤੇ ਕੋਈ ਵੀ ਜ਼ਿਆਦਾ ਝੰਝਟ ਨਹੀਂ ਹੈ, ਬਹੁਤ ਆਸਾਨੀ ਨਾਲ ਬਣ ਜਾਂਦੇ ਆ ਅਤੇ ਬਹੁਤ ਜ਼ਿਆਦੀਆਂ ਘੱਟ ਚੀਜ਼ਾਂ ਨਾਲ ਬਣ ਜਾਂਦੇ ਆ। ਇਹਦੇ ਵਾਸਤੇ ਮੈਂ ਉਬਲੇ ਹੋਏ 5 ਆਲੂ ਲਏ ਮੀਡੀਅਮ ਸਾਈਜ਼ ਦੇ। ਇਹ ਮੈਂ ਪਹਿਲਾਂ ਹੀ ਉਬਾਲ ਕੇ ਰੱਖ ਲਏ ਸੀ ਅਤੇ ਪੂਰੇ ਠੰਡੇ ਆ, ਤੁਸੀਂ ਠੰਡੇ ਕਰਕੇ ਹੀ ਲੈਣੇ ਆ, ਕਦੀ ਵੀ ਗਰਮ ਆਲੂ ਕੱਦੂਕਸ਼ ਨਹੀਂ ਕਰਨੇ। ਇਹ ਜਿਹੜਾ ਮੋਟਾ ਪਾਸਾ ਕੱਦੂਕਸ਼ ਵਾਲਾ, ਇੱਧਰੋਂ ਆਪਾਂ ਕੱਦੂਕਸ਼ ਕਰਨੇ ਆ, ਬਰੀਕ ਵਾਲੇ ਪਾਸੇ ਨਹੀਂ। ਜੇ ਆਪਾਂ ਉਸ ਤਰ੍ਹਾਂ ਹੱਥ ਨਾਲ ਫੇਰਨੇ ਆ ਤਾਂ ਵਿੱਚ ਉਹਦੇ ਚੰਕਸ ਰਹਿ ਸਕਦੇ ਆ, ਚੰਕਸ ਨਹੀਂ ਰਹਿਣੇ ਚਾਹੀਦੇ, ਇਸ ਵਾਸਤੇ ਤੁਸੀਂ ਕੱਦੂਕਸ਼ ਹੀ ਕਰਨਾ। ਪੋਟੈਟੋ ਮੈਸ਼ਰ ਨਾਲ ਵੀ ਕਰ ਸਕਦੇ ਜੇ, ਪਰ ਇਹ ਬੈਸਟ ਆਪਸ਼ਨ ਆ। ਦੇਖੋ ਕਿੰਨੇ ਵਧੀਆ ਹੋ ਗਏ ਆ। ਇਹਨਾਂ ਨੂੰ ਬਣਾਉਣ ਲਈ ਆਪਾਂ ਨੂੰ ਜ਼ਿਆਦਾ ਚਿਰ ਰਸੋਈ 'ਚ ਖੜ੍ਹਨਾ ਵੀ ਨਹੀਂ ਪੈਣਾ, ਕਿਉਂਕਿ ਬਹੁਤ ਜ਼ਿਆਦਾ ਗਰਮੀ ਆ, ਕਿਚਨ 'ਚ ਕੰਮ ਕਰਨਾ ਵੀ ਬਹੁਤ ਔਖਾ। ਲਓ ਜੀ ਆਪਣੇ ਸਾਰੇ ਆਲੂ ਜਿਹੜੇ ਕੱਦੂਕਸ਼ ਹੋ ਗਏ ਨੇ। ਹੁਣ ਆਪਾਂ ਇਹਨਾਂ ਦੇ ਵਿੱਚ ਥੋੜ੍ਹੇ ਜਿਹੇ ਮਸਾਲੇ ਮਿਕਸ ਕਰਾਂਗੇ, ਬੱਚਿਆਂ ਲਈ ਬਣਾਉਣੇ ਇਸ ਕਰਕੇ ਆਪਾਂ ਜ਼ਿਆਦਾ ਮਸਾਲੇ ਨਹੀਂ ਮਿਕਸ ਕਰਾਂਗੇ। ਇਹਦੇ ਵਿੱਚ ਥੋੜ੍ਹਾ ਜਿਹਾ ਨਮਕ ਪਾਵਾਂਗੇ, ਹਾਫ ਟੀ ਸਪੂਨ, ਹਾਫ ਟੀ ਸਪੂਨ ਹੀ ਕਾਲੀ ਮਿਰਚ, ਹਾਫ ਟੀ ਸਪੂਨ ਜੀਰਾ ਪਾਊਡਰ ਅਤੇ ਹਾਫ ਟੀ ਸਪੂਨ ਹੀ ਓਰੀਗੈਨੋ। ਇਹ ਮਿਕਸਡ ਹਰਬਸ ਨੇ ਜਿਹੜੀਆਂ ਆਪਾਂ ਪੀਜ਼ੇ 'ਤੇ ਪਾਉਂਦੇ ਹਾਂ, ਅਤੇ ਨਾਲ ਚਿੱਲੀ ਫਲੇਕਸ। ਚਿੱਲੀ ਫਲੇਕਸ ਵੀ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋ। ਅਤੇ ਥੋੜ੍ਹਾ ਜਿਹਾ ਪਾਵਾਂਗੇ ਧਨੀਆ। ਜੇ ਤੁਸੀਂ ਵੱਡਿਆਂ ਵਾਸਤੇ ਬਣਾ ਰਹੇ, ਵੱਡੇ ਵੀ ਬਣਾ ਕੇ ਖਾ ਸਕਦੇ, ਇਹ ਨਹੀਂ ਕਿ ਬੱਚਿਆਂ ਨੇ ਖਾਣੇ ਆ, ਹਰੀ ਮਿਰਚ ਵਗੈਰਾ ਵੀ ਪਾ ਸਕਦੇ ਹੋ ਤੁਸੀਂ ਵਿੱਚ। ਜੇ ਬੱਚਿਆਂ ਲਈ ਬਣਾ ਰਹੇ ਹੋ ਤਾਂ ਸਕਿੱਪ ਕਰ ਦਿਓ। ਇਹਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ, ਬਟ ਉਸ ਤੋਂ ਪਹਿਲਾਂ ਆਪਾਂ ਕੋਰਨਫਲੋਰ ਪਾਵਾਂਗੇ ਵਿੱਚ 4 ਚਮਚ। ਜੇ ਤੁਹਾਡੇ ਕੋਲ ਕੋਰਨਫਲੋਰ ਨਹੀਂ ਹੈਗਾ ਤਾਂ ਮੈਦਾ ਵੀ ਪਾ ਸਕਦੇ ਹੋ। ਕੋਈ ਆਪਾਂ ਵਿੱਚ ਚੀਜ਼ ਨਹੀਂ ਪਾਉਣਾ, ਹੋਰ ਕੁਛ ਨਹੀਂ ਪਾਉਣਾ, ਕਿਉਂਕਿ ਕੋਰਨਫਲੋਰ ਅਤੇ ਮੈਦਾ ਹਰ ਕਰਿਆਨੇ ਦੁਕਾਨ ਤੋਂ ਮਿਲਦਾ ਆ ਅਤੇ ਈਜ਼ੀਲੀ ਤੁਹਾਨੂੰ ਮਿਲ ਸਕਦਾ ਆ ਕਿਤੋਂ ਵੀ। ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਆਪਾਂ ਇਹਨੂੰ ਗੁੰਨ ਕੇ ਇਹਦਾ ਡੋ ਬਣਾ ਲਵਾਂਗੇ ਅਤੇ ਲੋੜ ਪੈਣ 'ਤੇ ਆਪਾਂ ਥੋੜ੍ਹਾ ਬਹੁਤ ਤੇਲ ਵੀ ਲਾਵਾਂਗੇ। 1-2 ਚਮਚ ਤੇਲ ਤੁਸੀਂ ਲਾ ਸਕਦੇ ਹੋ, ਥੋੜ੍ਹਾ ਉਹਦੇ ਨਾਲ ਸਮੂਥਨੈਸ ਆ ਜਾਂਦੀ ਅਤੇ ਈਜ਼ੀਲੀ ਜਿਹੜਾ ਡੋ ਬਣ ਜਾਂਦਾ। 2 ਕੁ ਮਿੰਟ ਲੱਗਦੇ ਇਹਨੂੰ ਬਣਾਉਣ 'ਤੇ। ਡੋ ਤਿਆਰ ਹੋ ਗਿਆ ਜੀ। ਹੁਣ ਹੱਥਾਂ ਨੂੰ ਤੇਲ ਲਾ ਕੇ ਥੋੜ੍ਹਾ ਆਪਾਂ ਇਹਨੂੰ ਸਟਿੱਕ ਦੀ ਸ਼ਕਲ ਦੇਵਾਂਗੇ, ਪਹਿਲਾਂ ਗੋਲ ਗੋਲ ਕਰ ਲਵਾਂਗੇ, ਉਸ ਤੋਂ ਬਾਅਦ ਆਪਾਂ ਇਹਨੂੰ ਲੰਬਾਈ ਦੇ ਵਿੱਚ ਸਟਿੱਕਸ ਬਣਾਵਾਂਗੇ। ਤੁਸੀਂ ਚਾਹੋ ਜਿਹੜੀ ਮਰਜ਼ੀ ਸ਼ੇਪ ਬਣਾ ਸਕਦੇ ਹੋ, ਜਿਸ ਤਰ੍ਹਾਂ ਚਕਲੇ 'ਤੇ ਵੇਲ ਕੇ ਤੁਸੀਂ ਇਹਨੂੰ ਗੋਲ ਸ਼ੇਪ ਵੀ ਦੇ ਸਕਦੇ ਹੋ, ਚੌਰਸੇ ਦੇ ਪੀਸ ਵੀ ਕੱਟ ਸਕਦੇ ਹੋ, ਰੋਟੀ ਵੇਲ ਕੇ ਇਹਦੇ ਸਟ੍ਰਾਈਪਸ ਵੀ ਕੱਟ ਸਕਦੇ ਹੋ, ਇਹ ਤੁਹਾਡੀ ਇੱਛਾ 'ਤੇ ਡਿਪੈਂਡ ਕਰਦਾ ਹੈ। ਬਟ ਇਸ ਤਰ੍ਹਾਂ ਖਾਣੇ ਬੱਚਿਆਂ ਨੂੰ ਸੌਖੇ ਆ, ਇਸ ਕਰਕੇ ਮੈਂ ਇਹ ਸ਼ੇਪ ਬਣਾ ਰਹੀ ਹਾਂ। ਦੇਖੋ ਇਸ ਤਰ੍ਹਾਂ ਸਟਿਕਸ ਬਣ ਗਈਆਂ ਨੇ। ਇਸ ਤਰ੍ਹਾਂ ਆਪਾਂ ਸਾਰੀਆਂ ਬਣਾ ਕੇ ਤਿਆਰ ਕਰ ਲਵਾਂਗੇ ਅਤੇ ਮੇਰੀ ਗਰੰਟੀ ਆ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਅਤੇ ਬੱਚਿਆਂ ਦੀ ਭੁੱਖ ਵੀ ਮਿਟ ਜਾਏਗੀ। ਸਾਰੇ ਬਣਾ ਕੇ ਤਿਆਰ ਕਰ ਲਏ ਆਪਾਂ। ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ। ਤੇਲ ਗਰਮ ਹੋ ਗਿਆ ਆ, ਕਾਫੀ ਤੇਲ ਗਰਮ ਹੋਣਾ ਚਾਹੀਦਾ ਜਿਹਦੇ ਵਿੱਚ ਆਪਾਂ ਪਾਉਣੇ ਆ। ਪਾਉਣ ਤੋਂ ਬਾਅਦ ਇਹਨੂੰ ਉਸੇ ਵੇਲੇ ਹਿਲਾਉਣਾ ਨਹੀਂ ਆ, ਥੋੜ੍ਹਾ ਚਿਰ ਪਏ ਰਹਿਣ ਦੇਣਾ, ਉਸ ਤੋਂ ਬਾਅਦ ਆਪਾਂ ਇਹਨੂੰ ਹਿਲਾਉਣਾ ਆ, ਕਿਉਂਕਿ ਥੋੜ੍ਹੇ ਜਿਹੇ ਆਪਸ ਜੁੜ ਜਾਂਦੇ ਆ
ਇਸ ਲਈ ਜਦੋਂ ਇਹ ਪੂਰੇ ਪੱਕ ਗਏ ਉਦੋਂ ਹੀ ਅੱਡ ਹੋਣੇ ਆ ਇਹ। ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ, ਥੋੜ੍ਹੇ ਜਿਹੇ ਜੁੜਦੇ ਆਪਸ 'ਚ। ਇਹਨਾਂ ਨੂੰ ਆਪਾਂ ਝਾਰੇ ਦੀ ਸਹਾਇਤਾ ਨਾਲ ਅੱਡ ਅੱਡ ਕਰ ਦੇਣਾ। ਦੇਖੋ ਜੀ ਕਿੰਨਾ ਵਧੀਆ ਕਲਰ ਆ ਗਿਆ ਆ, ਗੋਲਡਨ ਕਲਰ ਦੇ ਬਣ ਗਏ ਆ, ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੱਗ ਰਹੇ ਆ। ਵੇਖੋ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ, ਇੱਕ ਟਿਸ਼ੂ ਦੇ ਉੱਤੇ ਕੱਢਾਂਗੇ ਤਾਂ ਕਿ ਜਿਹੜਾ ਐਕਸਟਰਾ ਤੇਲ ਆ ਉਹ ਟਿਸ਼ੂ ਐਬਜ਼ੋਰਬ ਕਰ ਲਵੇ। ਇਸ ਤਰ੍ਹਾਂ ਹੀ ਆਪਾਂ ਦੂਸਰਾ ਬੈਚ ਵੀ ਤਿਆਰ ਕਰ ਲਵਾਂਗੇ। ਇਹ ਬਹੁਤ ਸੌਖੇ ਆ ਬਣਾਉਣੇ, ਤੁਸੀਂ ਜ਼ਰੂਰ ਬੱਚਿਆਂ ਨੂੰ ਬਣਾ ਕੇ ਦਿਓ। ਅਤੇ ਬਾਕੀ ਹੁਣ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ, ਤੁਸੀਂ ਬੱਚਿਆਂ ਨੂੰ ਬਾਹਰ ਨਾ ਨਿਕਲਣ ਦਿਓ ਜ਼ਿਆਦਾ। ਜੇ ਲੋੜ ਪੈਣ 'ਤੇ ਬਾਹਰ ਨਿਕਲਣਾ ਆ, ਜੇ ਬਾਹਰ ਨਿਕਲਣਾ ਵੀ ਆ ਤਾਂ ਨਾਲ ਛੱਤਰੀ ਲੈ ਕੇ ਜਾਂ ਪਾਣੀ ਲੈ ਕੇ ਜ਼ਰੂਰ ਜਾਓ। ਠੀਕ ਹੈ ਜੀ, ਲਓ ਜੀ ਬਣ ਕੇ ਤਿਆਰ ਨੇ, ਜ਼ਰੂਰ ਬੱਚਿਆਂ ਨੂੰ ਬਣਾ ਕੇ ਖਵਾਓ। ਅਤੇ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਆ ਤਾਂ ਜ਼ਰੂਰ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ ਚੈਨਲ ਨੂੰ। ਇਹਦੇ ਨਾਲ ਕੋਈ ਵੀ ਚਟਨੀ ਬਣਾਉਣ ਦੀ ਲੋੜ ਨਹੀਂ ਐਕਸਟਰਾ, ਇਹਨੂੰ ਆਪਾਂ ਟੋਮੈਟੋ ਕੈਚਅਪ ਦੇ ਨਾਲ ਹੀ ਸਰਵ ਕਰਾਂਗੇ, ਉਹਦੇ ਨਾਲ ਹੀ ਸਭ ਤੋਂ ਜ਼ਿਆਦਾ ਸਵਾਦ ਲੱਗਦੇ ਆ। ਦੇਖੋ ਕਿੰਨੇ ਵਧੀਆ ਲੱਗ ਰਹੇ ਆ, ਬਹੁਤ ਹੀ ਟੇਸਟੀ ਬਣੇ ਆ। ਅਤੇ ਮੇਰੀ ਰਿਕੁਐਸਟ ਆ ਤੁਸੀਂ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ। ਠੀਕ ਹੈ ਜੀ, ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ। ਦੇਖੋ ਮੈਂ ਤੋੜ ਕੇ ਦਿਖਾਉਂਦੀ ਕਿੰਨੇ ਕਰੰਚੀ ਬਣੇ ਆ, ਬਾਹਰੋਂ ਬਿਲਕੁਲ ਕਰੰਚੀ ਆ, ਅੰਦਰੋਂ ਬਿਲਕੁਲ ਸੌਫਟ ਆ, ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ। ਠੀਕ ਜੀ, ਤੁਸੀਂ ਵੀ ਬਣਾਓ, ਛੁੱਟੀਆਂ ਇੰਜੋਏ ਕਰੋ ਬੱਚਿਆਂ ਨਾਲ। ਓਕੇ ਜੀ, ਬਾਏ, ਲਵ ਯੂ ਆਲ।